ਸਤਿ ਸ੍ਰੀ ਅਕਾਲ ਵੀਰੋ ਸਵੇਰ ਦੀ ਸੈਰ ਕਰਨ ਨਿਕਲੇ ਸੀ ਪਰ ਮੈਨੂੰ ਲੱਗਦਾ ਸਵੇਰ ਦੀ ਸੈਰ ਕਾਮਯਾਬ ਹੋ ਗਈ ਹੈ ਸਭ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਮੈਂ ਦਿਖਾਣਾ ਆ ਦੇਖੋ ਪਖੰਡ ਦੇਖੋ ਪਰ ਪਖੰਡ ਕਈਆਂ ਦਾ ਫਾਇਦਾ ਕਰ ਜਾਂਦੇ ਨੇ ਆ ਪਖੰਡ ਦੇਖ ਲਓ ਟੂ ਨਾ ਕਰਕੇ ਗਿਆ ਕੋਈ ਪਟਿਆਲਾ ਵਰਗੇ ਪੜੇ ਲਿਖੇ ਰਾਇਲ ਸਿਟੀ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦਾ ਸ਼ਹਿਰ ਹੈ ਪਟਿਆਲਾ ਸਵੇਰੇ ਅਸੀਂ ਸ਼ੇਅਰ ਕਰਨ ਆਏ ਆ ਟੂਣਾ ਕੀਤਾ ਹੋਇਆ ਟੂਨੇ ਦੇ ਵਿੱਚ ਦੇਖੋ ਕੀ ਰੱਖਿਆ ਹੋਇਆ ਦੋ ਨਾਰੀਅਲ ਨਾਰੀਅਲਾਂ ਦਾ ਜੋੜਾ ਤੇ ਨਾਲ ਉੱਤੇ 501 ਰੁਪਈਆ 501 ਰੁਪਈਆ ਰੱਖਿਆ ਹੋਇਆ ਕੰਗਾ ਆ ਕੋਈ ਦਾਲ ਚਿੱਟੇ ਛੋਲੇ ਆ ਇੱਕ ਪਾਈ ਚਿਰਾਗ ਪਿਆ ਕੋਈ ਸਟੀਲ ਦਾ ਸਟੀਲ ਜਿਹਦਾ ਪਤਾ ਨਹੀਂ ਚਾਂਦੀ ਦਾ ਹੈ ਕੋਈ ਚਿਰਾਗ ਰੱਖਿਆ ਹੋਇਆ ਦੇਖ ਲਓ ਧਿਆਨ ਨਾਲ ਚਿਰਾਗ ਔਰ ਇਸ ਤੋਂ ਇਲਾਵਾ ਹੋਰ ਕੀ ਕੁਛ ਹੈ ਤੁਹਾਨੂੰ ਮੈਂ ਦਿਖਾਵਾਂ ਇੱਕਾ ਕੁਜਾ ਕੁੱਝ ਰੱਖਿਆ ਹੋਇਆ ਇਹਦੇ ਵਿੱਚ ਪਾਣੀ ਭਰਿਆ ਹੋਊਗਾ ਡੁੱਲਿਆ ਹੋਇਆ ਪਾਣੀ ਇੱਥੇ ਪਾਣੀ ਡੁੱਲਿਆ ਹੋਇਆ ਇੱਕ ਆ ਤੇਲ ਦੀ ਬੋਤਲ ਇਹਨਾਂ ਨੂੰ ਪੁੱਛੇ 210 ਰੁਪਏ ਲੀਟਰ ਹੈ ਤੇਲ ਸਰੋਂ ਦਾ ਤੇਲ ਹੈ 210 ਰੁਪਏ ਲੀਟਰ ਆਉਂਦਾ ਇਹ ਇਹ ਤੇਲ ਬੇਕਾਰ ਕਰਕੇ ਸਿੱਟ ਗਏ ਆ ਇੱਕ ਆ ਸਾਬਣ ਗੌਦਰੇਜ ਨੰਬਰ 1 ਇਹ ਵੀ ਕੰਮ ਆਉਣ ਵਾਲੀ ਚੀਜ਼ ਹੈ ਜਿਹੜਾ ਸਮਾਨ ਕੰਮ ਆਉਣ ਵਾਲਾ ਨਾ ਇਹ ਤਾਂ ਨਹੀਂ ਮੈਂ ਛੱਡਦਾ ਆ ਗੌਦਰੇਜ ਦੀ ਸਾਬਣ ਹੈ ਮੁੰਡਿਆਂ ਦੇ ਨਹਾਣ ਦੇ ਕੰਮ ਆਊਗੀ ਸਰੋਂ ਦਾ ਤੇਲ ਮੁੰਡਿਆਂ ਦੇ ਸਿਰ ਤੇ ਲਾਉਣ ਦੇ ਕੰਮ ਆਊਗਾ ਆ ਦੇਖੋ ਟੂਨੇ ਚ 10 ਰੁਪਏ ਵਾਲੀ ਨੇਲ ਪਾਲਸ ਕੁਝ ਰੱਖਣੀ ਆ ਤਾਂ ਚੱਜ ਦੀ ਤਾਂ ਰੱਖ ਦੋ ਕਿਸੇ ਦੇ ਕੰਮ ਆਵੇ ਲਿਪਸਟਿਕ 10 ਰੁਪਏ ਵਾਲੀ ਸਾਰੇ ਟੂਨੇ ਦੇ ਵਿੱਚ ਉਸ ਪਖੰਡੀ ਸਾਧ ਨੇ ਇੱਕ ਵਧੀਆ ਕੰਮ ਕੀਤਾ ਵੀ ਆ ਜਿਹੜਾ ਸਵੇਰ ਦੀ ਸੈਰ ਦਾ ਮੁੱਲ ਪੂ ਮੋੜਿਆ ਸਾਡੇ ਲਈ 501 ਰੁਪਿਆ ਕਿਰਪਾ ਕਰੋ ਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡਾ ਨਾਮ ਲੈ ਕੇ ਅਸੀਂ ਇਸ ਨੂੰ ਜੇਬ ਚ ਪਾ ਰਹੇ ਹਾਂ ਕਿਸੇ ਗਰੀਬ ਦੇ ਕੰਮ ਆਊਗਾ ਅਸੀਂ ਆਪਣੀ ਜੇਬ 'ਚ ਪਾ ਰਹੇ ਹਾਂ ਇਹ 501 ਰੁਪਿਆ ਟੂਨੇ ਵਾਲੇ ਸਾਧ ਨੂੰ ਕਹਿੰਨੇ ਹਾਂ ਜਿਹੇ ਤੇਰੇ 'ਚ ਐਨੀ ਹੋਈ ਤਾਕਤ ਹੁੰਦੀ ਕੰਜਰਾ ਤੇ ਆ 501 ਰੁਪਿਆ ਆਪਦੀੋ ਜੇਬ 'ਚ ਪਵਾ ਲੈਂਦਾ ਮੂਰਖਾ ਤੂੰ ਇੱਥੇ ਸੜਕ ਤੇ ਡਗਾਇਆ ਹੈ ਚ ਰਸਤੇ 'ਚ ਡਗਾਇਆ ਤੂੰ ਆਪਦੀ ਜੇਬ 'ਚ ਪਾ ਲੈਂਦਾ ਤੂੰ ਲੋਕ ਤੁਹਾਨੂੰ ਸਿਆਣਾ ਕਹਿੰਦੇ ਨੇ ਪਰ ਮੈਨੂੰ ਲੱਗਦਾ ਤੂੰ ਮੂਰਖ ਹੋਏਗਾ ਪਰ ਨਹੀਂ ਮੂਰਖ ਨਹੀਂ ਹੋਣਾ 501 ਰੁਪਿਆ ਇੱਥੇ ਰਖਾ ਕੇ 50000 ਮੈਨੂੰ ਲੱਗਦਾ ਆਪ ਲੁੱਟਿਆ ਹੋਣਾ ਤੂੰ ਪਤਾ ਨਹੀਂ ਕੀ ਵਿਚਾਰੇ ਨੂੰ ਕੀ ਬਿਮਾਰੀ ਹੋਣੀ ਹੈ ਕਿਸੇ ਨੂੰ ਕੀ ਦੁੱਖ ਤਕਲੀਫ ਹੋਣਾ ਹੈ ਪਰ ਜ਼ਿਆਦਾਤਰ ਅੱਜ ਕੱਲ ਔਰਤਾਂ ਸ਼ੱਕ ਦੀ ਵਜ੍ਹਾ ਨਾਲ ਜਾਂ ਜਿਹੜੇ ਮਰਦ ਨੇ ਉਹ ਸ਼ੱਕ ਦੀ ਵਜ੍ਹਾ ਨਾਲ ਪਰਿਵਾਰਤੀ ਟੂਨੇ ਕਰਵਾਈ ਜਾਂਦੇ ਨੇ ਬੜੀ ਬੜੀ ਦੇਖਿਆ ਹੈ ਔਰਤਾਂ ਪਤੀ ਨੂੰ ਕਾਬੂ ਕਰਨ ਚ ਪਤੀ ਕਿਤੇ ਔਰਤ ਨੂੰ ਕਾਬੂ ਕਰਨ ਦੇ ਵਿੱਚ ਐਦਾਂ ਦੇ ਟੂਨੇ ਜਿਹੜਿਆ ਲਿਪਸਟਿਕਾਂ ਜਾਂ ਮੈਨੂੰ ਲੱਗ ਰਹੀਆਂ ਨੇ ਤੇ ਦੋ ਨਾਰੀਆਂਾਂ ਦਾ ਜੋੜਾ ਲੱਗਦਾ ਹੈ ਇਹ ਜੋੜੀ ਬਣਾਉਣ ਵਾਸਤੇ ਕਿਸੇ ਨੇ ਮਨ ਲੱਗਦਾ ਹੈ ਇਹ ਟੂਣਾ ਕੀਤਾ ਹੋਇਆ ਹੈ ਔਰ ਇਸ ਟੂਨੇ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਆਪਾਂ ਨੂੰ ਕੰਮ ਦੀ ਗੱਲ ਮਿਲੀ ਹੈ ਵੀ 501 ਰੁਪਏ ਆਪਣੀ ਪੈ ਗਈ ਹੈ ਦਿਹਾੜੀ ਹੋਰ ਆ ਨਾਰੀਅਲ ਨੂੰ ਆਪਾਂ ਛੇੜਨਾ ਨਹੀਂ ਕਿਉਂਕਿ ਇਹਦਾ ਖੱਕ ਮੈਨੂੰ ਖਾਲੀ ਲੱਗਦੇ ਨੇ ਖੜਕਾਏ ਤੋਂ ਆ ਦੇਖੋ ਨਾ 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 ਹੈ ਲੱਗਦਾ ਇਹਦੇ 'ਚ ਕੁਛ ਆ ਖੜਕਦਾ ਔਰ ਇਹ ਖਾਲੀ ਹੈ ਇਹ ਖਾਲੀ ਨਾਰੀਅਲ ਹੈ ਆ ਚਰਾਗ ਜੇ ਦਾ ਵੀ ਆਪਾਂ ਕੀ ਕਰਨਾ ਆਹ ਦਾਲਾਂ ਕਿਸੇ ਪੰਛੀਆਂ ਨੂੰ ਪਾ ਦਾਂਗੇ ਇਹ ਚੱਕ ਲੈਣੇ ਆਪਾਂ ਬਾਕੀ ਸਮਾਨ ਆਪਾਂ ਇੱਥੇ ਛੱਡ ਦਿਆਂ ਦੋਸਤੋ ਇਦਾਂ ਦੇ ਪਖੰਡ ਤੋਂ ਬਚੋ